ਸਾਡੇ ਪਹਿਲੇ ਸਿਵ ਪੰਜਾਬ ਸਿਵਲ ਮਿਨਿਸਟਰੀਅਲ ਸਰਵਿਸ ਦੇ ਇੰਪਲੋਈਜ਼ ਸਾਡੇ ਸਾਥੀ ਹੜਤਾਲ 'ਤੇ ਸੀ ਕਾਫੀ ਦੇਰ ਤੋਂ। ਬਿਲਕੁਲ ਜਾਇਜ਼ ਮੰਗਾਂ ਸੀ, ਸਾਰੇ ਇੰਪਲੋਈਜ਼ ਦੀਆਂ ਮੰਗਾਂ ਸੀ, ਅਤੇ ਉਹ ਕਾਫੀ ਦੇਰ ਤੋਂ ਹੜਤਾਲ 'ਤੇ ਸੀ। ਕੁਛ ਡਿਮਾਂਡਸ ਹੈਗੀਆਂ, ਜਿਵੇਂ DA ਜਿਹੜਾ ਅਨਾਊਂਸ ਹੋਇਆ ਹਰ ਜਗ੍ਹਾ ਸੈਂਟਰ 'ਚ ਵੀ ਮਿਲ ਗਿਆ ਵੈ, ਸਾਨੂੰ ਅਨਾਊਂਸ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਾਡੀਆਂ ਕੁਛ ਡਿਮਾਂਡਸ ਹੈ, 4-14 ਦੀ ਇੰਪਲੀਮੈਂਟੇਸ਼ਨ ਹੈ, ਜੇ ਪੁਰਾਣੇ ਪੇ ਕਮਿਸ਼ਨ ਦੇ ਏਰੀਅਰਸ ਹੈਗੇ ਆ ਉਹ ਨਹੀਂ ਮਿਲਦੇ ਪਏ, ਅਤੇ ਹੋਰ ਵੀ ਆ ਪਿਛਲੇ ਏਰੀਅਰਸ ਹੈਗੇ, ਇਹਨਾਂ ਦੀ ਡਿਮਾਂਡਸ ਕਰਕੇ ਉਹਨਾਂ ਦੀ ਸਰਕਾਰ ਬਿਲਕੁਲ ਵੀ ਸਾਰ ਨਹੀਂ ਲੈ ਰਹੀ ਸੀ। ਫਿਰ ਸਾਡੀ ਯੂਨੀਅਨ ਨੇ ਵੀ ਇਹ ਸੋਚਿਆ ਕਿ ਹੁਣ ਇਹਨਾਂ ਦਾ ਸਾਥ ਦਿੱਤਾ ਜਾਏਗਾ, ਨਾਲ ਮੋਢੇ ਨਾਲ ਮੋਢਾ ਰਲ ਕੇ ਲੜਿਆ ਜਾਏਗਾ, ਇਸ ਕਰਕੇ ਅਸੀਂ ਅੱਜ ਦੇ ਦਿਨ ਸਟ੍ਰਾਈਕ ਕੀਤੀ ਹੈ। ਇਹ ਹਜੇ ਤਾਂ ਸਾਡੀ ਸਿਰਫ ਕਾਲ ਇੱਕ ਦਿਨ ਦੀ ਹੈਗੀ ਹੈ, ਬਾਕੀ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਤਿੱਖਾ ਕੀਤਾ ਜਾਏਗਾ, ਅਤੇ ਜਿਸ ਹੱਦ ਦਾ ਵੀ ਜਾਣਾ ਪਿਆ ਅਸੀਂ ਇਹਦੇ ਨਾਲ ਖੜੇ ਹਾਂ ਇਹਨਾਂ ਦੇ। ਸਾਡੇ ਵੱਲੋਂ PSMSU ਸਟੇਟ ਪੱਧਰੀ 8 ਨਵੰਬਰ ਤੋਂ ਲਗਾਤਾਰ ਕਲਮ ਛੋੜ ਹੜਤਾਲ 'ਤੇ ਚੱਲੇ ਆ ਰਹੇ ਸੀ, ਜਿਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, DA ਦੀਆਂ 3 ਕਿਸ਼ਤਾਂ ਸਾਡੀਆਂ ਬਕਾਇਆ ਚੱਲ ਰਹੀਆਂ ਨੇ, ਔਰ ਮਿਨਿਸਟਰੀਅਲ ਸਟਾਫ 8 ਨਵੰਬਰ ਤੋਂ ਹੜਤਾਲ 'ਤੇ, ਅੱਜ 28 ਦਿਨ ਹੋ ਗਏ ਨੇ, ਪੰਜਾਬ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਮੈਂ ਅੱਜ ਧੰਨਵਾਦੀ ਹਾਂ ਪੈਰਾਮੈਡੀਕਲ ਸਟਾਫ, ਡਾਕਟਰ ਐਸੋਸੀਏਸ਼ਨ ਔਰ ਅਲੱਗ ਅਲੱਗ ਸਿਵਲ ਹਸਪਤਾਲ ਦੇ ਕੈਟਾਗਰੀਜ਼ ਮਿਨਿਸਟਰੀਅਲ ਸਟਾਫ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਚੱਲਣ ਲਈ ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ। ਪੁਰਾਣੀ ਪੈਨਸ਼ਨ ਦੀ ਬਹਾਲੀ ਸਭ ਤੋਂ ਪਹਿਲੀ ਸਾਡੀ ਜਿਹੜੀ ਮੰਗ ਹੈ, 1-1-4 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। DA ਦੀਆਂ ਸਾਡੀਆਂ ਕਿਸ਼ਤਾਂ ਬਕਾਇਆ ਚੱਲ ਰਹੀਆਂ ਹਨ, 1-1-15 ਦਾ ਲੈਟਰ ਹੈ ਉਹ ਵਾਪਸ ਲਿਆ ਜਾਵੇ, 17-7-2020 ਦਾ ਇੱਕ ਲੈਟਰ ਹੈ ਉਹ ਵਾਪਸ ਲਿਆ ਜਾਵੇ। ਸੈਂਟਰ ਗੌਰਮੈਂਟ ਦੇ ਪੇ ਸਕੇਲ ਪੰਜਾਬ ਦੇ ਕਰਮਚਾਰੀਆਂ 'ਤੇ ਥੋਪੇ ਗਏ ਨੇ, ਜਦਕਿ ਭੱਤੇ ਜਿਹੜਾ ਪੇ ਸਕੇਲ ਹੈ ਉਹ ਸੈਂਟਰ ਗੌਰਮੈਂਟ ਦਾ, ਪਰ ਭੱਤੇ ਪੰਜਾਬ ਸਰਕਾਰ ਦੇ ਦਿੱਤੇ ਜਾ ਰਹੇ ਨੇ। ਇਹ ਬਹੁਤ ਮਾੜੀ ਗੱਲ ਹੈ, ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ। ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਇਹ ਲਗਾਤਾਰ ਹੜਤਾਲ ਜਾਰੀ ਰਹੇਗੀ। ਬਹੁਤ ਸਾਰੇ ਕੈਟਾਗਰੀਆਂ ਮਿਨਿਸਟਰੀਅਲ ਸਟਾਫ ਨਾਲ ਇੱਕ ਮੋਢੇ ਨਾਲ ਮੋਢਾ ਲਾ ਕੇ ਇੱਕ ਸਟੇਜ 'ਤੇ ਆ ਗਈਆਂ ਹਨ।